ਮਿੱਤਰੋ, ਇਸ ਵੀਡੀਓ ਕਲਿੱਪ ਦੇ ਰਾਹੀਂ ਆਪਾਂ ਤੁਹਾਨੂੰ ਨੁਕਰੇ ਘੋੜੇ ਅਰਜਨ ਰੌਲੀ ਵਾਲੇ ਦੀ ਸਟੱਡ ਸਰਵਿਸ ਫੀਸ ਬਾਰੇ ਅਪਡੇਟ ਦੇਣੀ ਆ। ਪਹਿਲਾਂ ਜਿਹੜੀ ਇਸ ਘੋੜੇ ਦੀ ਫੀਸ ਸੀ 51,000 ਰੁਪਈਏ ਦੇ ਵਿੱਚ ਦੋ ਜੰਪ ਰੱਖੇ ਹੋਏ ਸੀ, ਵੀ ਦੋ ਵਾਰੀ ਘੋੜੀ ਮੇਟ ਕਰਾ ਸਕਦੇ ਸੀ ਤੁਸੀਂ 51,000 ਰੁਪਈਆ ਦੇ ਕੇ। ਪਰ ਹੁਣ ਜਿਹੜੀ ਅਪਡੇਟ ਕੀਤੀ ਆ ਵੀ 51,000 ਰੁਪਈਏ ਦੇ ਵਿੱਚ ਹੁਣ ਇੱਕ ਵਾਰੀ ਘੋੜਾ ਛੱਡਿਆ ਜਾਊਗਾ, ਸਿਰਫ ਇੱਕ ਜੰਪ ਦਿੱਤਾ ਜਾਊ 51,000 ਰੁਪਈਏ ਦੇ ਵਿੱਚ। ਸੋ ਜਿਹੜਾ ਵੀ ਕੋਈ ਭਰਾ ਚਾਹਵਾਨ ਸੱਜਣ ਘੋੜੀ ਮੇਟ ਕਰਾਉਣਾ ਚਾਹੁੰਦਾ ਗਾ, ਆਪਾਂ ਸਕਰੀਨ ਦੇ ਉੱਤੇ ਬਾਈ ਗੁਰਮੀਤ ਦਾ ਅਤੇ ਸੋਨੂ ਦਾ ਕੰਟੈਕਟ ਨੰਬਰ ਸਾਂਝਾ ਕਰਤਾ, ਬਾਈ ਅਰਗਿਆਂ ਨੂੰ ਫੋਨ ਲਾ ਲਿਓ ਜੇ ਕੋਈ ਤੁਸੀਂ ਹੋਰ ਗੱਲਬਾਤ ਪੁੱਛਣੀ ਹੋਈ। ਅਤੇ ਬਾਕੀ ਇੱਕ ਗੱਲ ਹੋਰ, ਘੋੜੀ ਤੁਸੀਂ ਕਿਸੇ ਵੀ ਡਾਕਟਰ ਤੋਂ ਚੈੱਕ ਕਰਵਾ ਕੇ ਲਿਆ ਸਕਦੇ ਹੋ, ਭਾਵੇਂ ਤੁਸੀਂ ਆਪਦੇ ਘਰ ਜਾਂ ਫਾਰਮ ਦੇ ਉੱਤੇ ਆਪਦੇ ਕਿਸੇ ਨੋਨ ਡਾਕਟਰ ਤੋਂ ਚੈੱਕ ਕਰਵਾ ਕੇ ਲਿਆਓ ਘੋੜੀ। ਅਤੇ ਜਾਂ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਇੱਥੇ ਬਾਈ ਅਰਗਿਆਂ ਦੇ ਫਾਰਮ ਦੇ ਉੱਤੇ ਘੋੜੀ ਚੈੱਕ ਕਰਵਾਉਣੀ ਆ, ਇੱਥੇ ਲਿਆ ਕੇ ਵੀ ਘੋੜੀ ਚੈੱਕ ਕਰਵਾ ਸਕਦੇ ਹੋ। ਪਰ ਜਿਹੜੀ ਫੀਸ ਦੀ ਜਿਵੇਂ ਤੁਹਾਨੂੰ ਗੱਲਬਾਤ ਦੱਸੀ ਆ ਵੀ ਇੱਕ ਵਾਰੀ ਘੋੜਾ ਛੱਡਣ 'ਤੇ ਜਿਹੜੀ ਫੀਸ ਆ 51,000 ਰੁਪਈਆ ਇੱਕ ਜੰਪ ਦੀ ਫੀਸ ਦੇਣੀ ਪਊਗੀ। ਅਤੇ ਜੇ ਅਗਲੀ ਵਾਰੀ ਘੋੜੀ ਦੁਬਾਰੇ ਹੀਟ ਦੇ ਵਿੱਚ ਆਉਂਦੀ ਆ, ਦੁਬਾਰੇ ਆਪਾਂ ਅਗਲੀ ਹੀਟ 'ਤੇ ਘੋੜੀ ਮੇਟ ਕਰਾਉਂਦੇ ਹਾਂ, ਤਾਂ ਦੁਬਾਰੇ 51,000 ਰੁਪਈਆ ਫੀਸ ਦੂਜੇ ਜੰਪ ਦੀ ਦੁਬਾਰੇ ਭਰਨੀ ਪਊ। ਸੋ ਬਾਈ ਅਰਗਿਆਂ ਨੂੰ ਫੋਨ ਲਾ ਲਿਓ। ਅਰਜਨ ਰੌਲੀ ਵਾਲੇ ਘੋੜੇ ਬਾਰੇ ਵੈਸੇ ਆਪਾਂ ਨੂੰ ਹੋਰ ਕੁਛ ਦੱਸਣ ਦੀ ਲੋੜ ਨਹੀਂ, ਅਤੇ ਇਹਦੇ ਬਾਰੇ ਸਾਰੇ ਤਕਰੀਬਨ ਇਹਦੇ ਰਿਜ਼ਲਟਾਂ ਤੋਂ ਵੀ ਜਾਣੂ, ਆਪਾਂ ਬੱਚੇ ਵੀ ਬਹੁਤ ਦੇਖ ਲਏ ਹੁਣ ਤੱਕ ਇਹਦੇ। ਅਤੇ ਬਾਈ ਅਰਗਿਆਂ ਨੂੰ ਫੋਨ ਲਾ ਲਿਓ ਜਿਹਨੇ ਵੀ ਘੋੜੀ ਮੇਟ ਕਰਾਉਣੀ ਹੋਈ।